ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਲਾਈਵ ਆ ਚੁੱਕੇ ਹਾਂ ਪਰ ਬਹੁਤ ਟਾਈਮ ਬਾਅਦ ਆਇਆ ਮੈਂ ਲਾਈਵ। ਹੋਰ ਤੁਸੀਂ ਸੁਣਾਓ, ਠੀਕ ਠਾਕ ਹੋ ਭਾਜੀ? ਮੈਂ ਠੀਕ ਹਾਂ, ਤੁਸੀਂ ਠੀਕ ਹੋ? ਤੁਸੀਂ ਦੱਸੋ ਵੀ ਮਿੱਤਰ ਵੇਲੀ ਹੋ ਯਾਰ, ਉਹ ਵੇਲੀ ਕਿਵੇਂ ਹੋ? ਸਾਰੇ ਜਣੇ ਠੀਕ ਠਾਕ ਹੋ? ਉਮੀਦ ਕਰਦਾ ਔਰ ਅਰਦਾਸ ਕਰਦਾ ਤੁਸੀਂ ਜਿੱਥੇ ਵੀ ਹੋਵੋਗੇ ਬਹੁਤ ਬਹੁਤ ਖੁਸ਼ ਹੋਵੋਗੇ ਅਤੇ ਆਵਾਜ਼ ਹੋਵੋਗੇ ਸਮਝਦੇ ਪਾਸੇ ਰੁਕ। ਹਾਂਜੀ, ਅੱਜ ਮੈਂ ਲਾਈਵ ਆਇਆ ਤਾਂ ਜੀ ਸਾਰਿਆਂ ਨਾਲ ਕੁਝ ਸਾਂਝਾ ਕਰਨ ਵਾਸਤੇ, ਕਿਉਂਕਿ ਅੱਜ ਫੇਰ ਗੱਲ ਕਹਿੰਦੇ ਨੇ ਵੀ ਉਸੇ ਮੋੜ 'ਤੇ ਆ ਕੇ ਖੜੀ ਹੋ ਗਈ ਜਿੱਥੋਂ ਸ਼ੁਰੂ ਕੀਤੀ ਸੀ। ਅਤੇ ਮੈਂ ਅੱਜ ਐਕਸਕਲੂਸਿਵ ਤੁਹਾਨੂੰ ਸਿਰਫ ਤੁਹਾਡੇ ਲਈ ਉਹ ਸੁਣਾ ਕੇ ਵੀ ਜਾਊਂਗਾ ਔਰ ਮੈਨੂੰ ਉਮੀਦ ਹੈ ਤੁਸੀਂ ਪਿਆਰ ਵੀ ਬਖਸ਼ੋਗੇ। ਆਪਾਂ ਨੂੰ ਪਤਾ ਹੀ ਆ, ਜੇ ਨਿੰਜਾ ਤੁਹਾਨੂੰ ਚੰਗਾ ਲੱਗਿਆ, ਨਿੰਜੇ ਨੂੰ ਤੁਸੀਂ ਸਪੋਰਟ ਕੀਤਾ ਔਰ ਜੋ ਫੀਲ ਮੈਂ ਸਪੈਸ਼ਲੀ ਰੋਮੈਂਟਿਕ ਫੀਲ ਜੇ ਮੈਂ ਸ਼ੁਰੂ ਕਰਾਂ ਗੱਲ ਦੇ ਰੋਮੈਂਟਿਕ ਫੀਲ ਦੀ ਗੱਲ ਕਰਾਂ ਤਾਂ ਆਦਤ ਤੋਂ ਸ਼ੁਰੂ ਕਰਦਾ ਮੈਂ। ਜਦੋਂ ਪਹਿਲਾ ਗਾਣਾ ਸੀ ਰੋਮੈਂਟਿਕ ਕੀਤਾ ਸੀਗਾ, ਤੇਰੀ ਆਦਤ ਪੈ ਗਈ, ਓਲਡ ਬੋਏ ਦਾ ਮਿਊਜ਼ਿਕ ਸੀਗਾ, ਤਮੀਜ ਬਾਈ ਦੀ ਵੀਡੀਓ ਸੀ ਔਰ ਮਾਲਵਾ ਰੈਕਟਸ ਦੇ ਉੱਤੇ ਉਹ ਗਾਣਾ ਸੀਗਾ। ਇੱਕ ਵਾਰੀ ਫਿਰ ਤੁਹਾਨੂੰ ਮੈਂ ਸੱਚ ਮੰਨਿਓ, ਇੱਕ ਵਾਰੀ ਫਿਰ ਦੁਬਾਰਾ ਇੱਕ ਆਦਤ ਪਾਉਣ ਲਈ ਤੁਹਾਡੇ ਕੋਲ ਦੁਬਾਰਾ ਆਇਆ ਅਤੇ ਉਮੀਦ ਕਰਦਾ ਵੀ ਜੋ ਅਸੀਂ ਉਹ ਗਾਣਾ ਬਣਾਇਆ, ਜੋ ਅਸੀਂ ਫੀਲ ਬਣਾਈ ਆ ਉਹ ਸਾਨੂੰ ਪਸੰਦ ਆਊ। ਗਾਣੇ ਦੀ ਫਸਟ ਲੁੱਕ ਮੈਂ ਸ਼ੇਅਰ ਕਰ ਚੁੱਕਾ ਔਰ ਤੁਸੀਂ ਉਹਨੂੰ ਪਿਆਰ ਵੀ ਦੇ ਰਹੇ ਹੋ, ਸਪੋਰਟ ਕਰ ਰਹੇ ਹੋ, ਬਹੁਤ ਸਾਰੇ ਮੈਸੇਜਸ ਆ ਰਹੇ ਨੇ ਵੀ ਭਾਅ ਜੀ ਇੱਕ ਆਦਤ ਸੁਣਿਆ ਸੀ ਹੁਣ ਆਦਤ ਵੇ ਅਤੇ ਅਸੀਂ ਬਹੁਤ ਐਕਸਾਈਟਿਡ ਹਾਂ। ਸੀਰੀਅਸਲੀ ਮੈਂ ਵੀ ਬਹੁਤ ਐਕਸਾਈਟਿਡ ਹਾਂ ਇਸ ਗਾਣੇ ਲਈ, ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਗਾਣੇ 'ਤੇ ਔਰ ਤੁਹਾਨੂੰ ਪਤਾ ਹੀ ਆ ਆਦਤ ਐਵੇਂ ਨਹੀਂ ਲੱਗਦੀ। ਆਦਤ ਵੇ, ਪਹਿਲਾਂ ਮੈਂ ਆਦਤ ਤੁਹਾਨੂੰ ਉਹ ਸੁਣਾਉਣਾ, ਫਿਰ ਮੈਂ ਤੁਹਾਨੂੰ ਵਿੱਚ ਉਹ ਥੋੜ੍ਹਾ ਜਿਹਾ ਸੁਣਾਊਂਗਾ ਅਤੇ ਤੁਹਾਡੀ ਕਚਹਿਰੀ 'ਚ ਪਹਿਲਾਂ ਲੈ ਕੇ ਆਊਂਗਾ ਔਰ ਮੈਨੂੰ ਦੱਸਿਓ ਜੀ ਤੁਸੀਂ ਕਿਵੇਂ। ਦਿਲ ਮੇਰਾ ਵੀ ਕਰਦਾ ਛੱਡਿਆ ਇਹਦੀ ਆਦਤ ਪੈ ਗਈ ਜਿੱਥੇ ਸਿਰਫ ਤੁਸੀਂ ਹਮੇਸ਼ਾ ਇਹੀ ਚਾਹਿਆ ਵੀ ਜੇ ਸਾਡਾ ਨਿੰਜਾ ਕੁਛ ਇਹੋ ਜਿਹਾ ਕਰਦਾ ਤਾਂ ਸਾਨੂੰ ਹਮੇਸ਼ਾ ਕਬੂਲ ਆ ਅਤੇ ਉਸੇ ਚੀਜ਼ ਨੂੰ ਬਰਕਰਾਰ ਰੱਖਦੇ ਹੋਏ ਉਸੇ ਚੀਜ਼ ਨੂੰ ਔਰ ਇੱਕ ਦਿਲ ਦੀ ਗੱਲ ਸ਼ੇਅਰ ਕਰਨ ਲਈ ਤੁਹਾਡੇ ਰੂਬਰੂ ਆਇਆ
ਤੇ ਮੈਂ ਉਮੀਦ ਕਰਦਾ ਅੱਜ ਤੁਹਾਨੂੰ ਐਕਸਕਲੂਸਿਵ ਮੈਂ ਇੱਕ ਹੁੱਕ ਸੁਣਾਉਣੀ ਆ ਉਹਦੇ ਲਈ ਮੈਂ ਸਪੈਸ਼ਲੀ ਆਇਆ ਤੁਹਾਡੇ ਕੋਲ ਆਦਿਤ ਵੇ ਦੀ ਟੀਮ ਗੌਰਵ ਦੇਵ ਕਾਰਤਿਕ ਦੇਵ ਨੇ ਮਿਊਜ਼ਿਕ ਕੀਤਾ ਵੀ ਤੁਸੀਂ ਸਤਾਨੇ ਲੱਗੇ ਉਹ ਵੀ ਸੁਣਿਆ ਸੀ ਉਹ ਕਰਮ ਨੇ ਲਿਖਿਆ ਸੀ ਆਦਿਤ ਵੇ ਵੀ ਨੇ ਲਿਖਿਆ ਇਹ ਦੋਨੇ ਬਹੁਤ ਹੀ ਕਮਾਲ ਦਾ ਕੰਮ ਕਰਦੇ ਨੇ ਦੋਨੇ ਮੁੰਡੇ ਅਤੇ ਅੱਜ ਮੈਂ ਅਤੇ ਗੈਸ਼ ਭਾਜੀ ਜਿਹੜੇ ਭਾਜੀ ਨੂੰ ਵੀ ਪਿਆਰ ਕਰਦੇ ਨੇ ਸਪੋਰਟ ਕਰਦੇ ਨੇ ਔਰ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਵੀ ਅਸੀਂ ਇਕੱਠੇ ਆ ਕੇ ਤੁਹਾਨੂੰ ਕੁਛ ਸੁਣਾਈਏ ਕਿਉਂਕਿ ਭਾਈ ਦਾ ਇੱਕ ਵੱਖਰਾ ਅੰਦਾਜ਼ ਆ ਅਤੇ ਗ੍ਰਿੰਗੋ ਐਂਟਰਟੇਨਮੈਂਟ ਦੇ ਵਿੱਚ ਗ੍ਰਿੰਗੋ ਦੇ ਵਿੱਚ ਇਹ ਗਾਣਾ ਆ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਵੀ ਤੁਸੀਂ ਪਿਆਰ ਤੁਹਾਨੂੰ ਉਹਦੀ ਹੁੱਕ ਸੁਣਾਉਣਾ ਜੇ ਚੰਗੀ ਲੱਗੀ ਤਾਂ ਤੁਸੀਂ ਵੀ ਮੈਨੂੰ ਗਾ ਕੇ ਜ਼ਰੂਰ ਭੇਜਿਓ ਪਰ ਮੈਂ ਦਿਲੋਂ ਚਾਹੁੰਦਾ ਵੀ ਜਿੰਨੇ ਵੀ ਸਿੰਗਰ ਜਾਂ ਜਿੰਨੇ ਵੀ ਉਹ ਰੂਹਾਂ ਜੋ ਕਿਸੇ ਮੁਕਾਮ 'ਤੇ ਪਹੁੰਚਣੀਆਂ ਚਾਹੁੰਦੀਆਂ ਨੇ ਜੇ ਮੈਂ ਕਿਸੇ ਦਾ ਵੀ ਇੱਕ ਜ਼ਰੀਆ ਬਣ ਗਿਆ ਤਾਂ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ ਅਤੇ ਮੈਂ ਆਪ ਸ਼ੇਅਰ ਕਰੂੰਗਾ ਉਹਨਾਂ ਸਾਰੀਆਂ ਵੀਡੀਓਜ਼ ਨੂੰ ਤੁਹਾਡੀ ਹੁੱਕਸ ਨੂੰ ਔਰ ਕੋਸ਼ਿਸ਼ ਕਰੂੰਗਾ ਵੀ ਇੱਕ ਸ਼ੋਅ 'ਤੇ ਜਿੱਧਰ ਸ਼ੋਅ ਹੋਊਗਾ ਮੇਰਾ ਜਿਸ ਸ਼ਹਿਰ ਦੇ ਵਿੱਚ ਸ਼ੋਅ ਹੋਊਗਾ ਜੇ ਉਸ ਸ਼ਹਿਰ 'ਚੋਂ ਕੋਈ ਮੈਨੂੰ ਚਾਹੁਣ ਵਾਲਾ ਮੇਰੇ ਨਾਲ ਇਹ ਗਾਣਾ ਗਾਵੇ ਤਾਂ ਮੇਰੀ ਵੀ ਖੁਸ਼ਕਿਸਮਤੀ ਹੋਵੇ ਅੱਗੇ ਲਾਈਵ ਸ਼ੋਅਜ਼ ਵੀ ਸ਼ੁਰੂ ਨੇ ਅਤੇ ਮੈਂ ਆ ਕੇ ਤੁਹਾਡੇ ਨਾਲ ਇਹ ਚੀਜ਼ਾਂ ਜ਼ਰੂਰ ਸਾਂਝੀਆਂ ਕਰੂੰਗਾ ਅਤੇ ਗਾਣਾ ਸੁਣਾਉਣ ਲੱਗਿਆ ਸਿਰਫ ਹੁੱਕ ਸੁਣਾਊਂਗਾ ਆਦਤ ਵੇ ਆਦਤ ਵੇ ਤੇਰੀ ਪੈ ਗਈ ਸੀ ਮੈਨੂੰ ਛੱਡਦੀ ਨਾ ਭਾਵੇਂ ਛੱਡ ਗਿਆ ਤੂੰ ਮੈਨੂੰ ਆਦਤ ਵੇ ਤੇਰੀ ਪੈ ਗਈ ਸੀ ਮੈਨੂੰ ਛੱਡਦੀ ਨਾ ਭਾਵੇਂ ਛੱਡ ਗਿਆ ਤੂੰ ਤੁਸੀਂ ਸਾਰੇ ਜਾਣੇ ਵੀਡੀਓ ਮੈਨੂੰ ਭੇਜਿਓ ਮੈਂ ਸ਼ੇਅਰ ਕਰੂੰਗਾ ਔਰ ਮੇਰਾ ਪ੍ਰੋਮਿਸ ਆ ਜਿਹੜੀ ਵੀਡੀਓ ਔਰ ਜਿਹੜੀ ਇੱਕ ਵੋਕਲ ਮੈਨੂੰ ਬਹੁਤ ਹੀ ਪਸੰਦ ਆਊਗੀ ਕਿਸੇ ਵੀ ਸ਼ਹਿਰ ਦੀ ਹੋਵੇ ਉਹਦੇ ਨਾਲ ਇਹ ਗਾਣਾ ਮੈਂ ਲਾਈਵ ਪਰਫਾਰਮ ਕਰੂੰ ਠੀਕ ਹੈ ਲਵ ਯੂ ਗਾਇਜ਼ ਭਾਅ ਜੀ ਕੁਛ ਸੁਣਾ ਦਿਓ ਇਹ ਤੋਂ ਬਾਅਦ ਅਗਲੀ ਗੱਲ ਸਾਨੂੰ ਪਤਾ ਹੀ ਆ ਮੁਹੱਬਤ ਕੀ ਰਾਹ ਹੂੰ ਮੈਂ ਆਕੇ ਤੁਮ ਦੇਖੋ ਤੁਮੇ ਦਿਲ ਕੀ ਭੂਲ ਜਾਨੀ ਪੜੇਗੀ ਮੁਹੱਬਤ ਕੀ ਰਾਹ ਮੈਂ ਆਕੇ ਤੁਮ ਦੇਖੋ ਤੜਪਨੇ ਪੇ ਮੇਰੇ ਨਾ ਫਿਰ ਤੁਮ ਹੱਸੋਗੇ ਤੜਪਨੇ ਪੇ ਮੇਰੇ ਨਾ ਫਿਰ ਤੁਮ ਹੱਸੋਗੇ ਕਭੀ ਦਿਲ ਕਿਸੀ ਸੇ ਲਗਾ ਕਰ ਤੂੰ ਦੇਖੋ ਭਾਈ ਇੱਕ ਮੈਨੂੰ ਮੈਸੇਜ ਆਉਂਦੇ ਹੁੰਦੇ ਵੀ ਸੋਲੋ ਕੁਛ ਨਾ ਗਿਟਾਰ ਹਮੇਸ਼ਾ ਮੈਨੂੰ ਕਹਿੰਦੇ ਨੇ ਵੀ ਭਾਜੀ ਤੂੰ ਸੋਲੋ ਪਲੇ ਕਰਾਉਣੀ ਆ ਤੇ ਕੁਛ ਇੱਕ ਦਿਨ ਕਦੇ ਸੋਲੋ ਵਾਸਤੇ ਲਾਈ ਹੋਵਾਂਗੇ ਅੱਜ ਨਾ ਤਾਂ ਉਦਾਂ ਦਾ ਮਾਹੌਲ ਚ ਅਸੀਂ ਤੁਹਾਨੂੰ ਪਤਾ ਹੀ ਨਹੀਂ ਫੋਨ ਕਿਵੇਂ ਟਕਾਇਆ ਹੋਇਆ ਨਹੀਂ ਭਾਜੀ ਸੁਣਨ ਵਾਲੇ ਪੂਰੇ ਮਾਹੌਲ ਚ ਨੇ ਇੱਕ ਵਾਰੀ ਕੁਛ ਕੀ ਸੁਣਨਾ ਕੁਛ ਵੀ ਉਹ ਚੀਜ਼ ਜਿਹੜੀ ਸਾਡੇ ਬਹੁਤ ਪਸੰਦ ਆ ਔਰ ਅੱਜ ਜਿੰਨੇ ਵੀ ਜਾਣੇ ਨਾਲ ਜੁੜੇ ਹੋਏ ਨੇ ਉਹ ਸਾਰੇ ਸੁਰ ਨੂੰ ਬਹੁਤ ਪਿਆਰ ਕਰਦੇ ਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਕੁਛ ਪਲੇ ਕਰੋ ਮੇਰੇ ਚਾਹੁਣ ਵਾਲਿਆ ਇੱਕ ਉਹ ਚੀਜ਼ ਸਾਰਿਆਂ ਨੇ ਸੁਣੀ ਹੋਣੀ ਹਾਂ ਤੇ ਜਾਣੇ ਕਿਸ ਦਿਨ ਕਰੋ ਕਿਆ ਬਾਤ
ਅੱਜ ਲਈ ਇੰਨਾ ਪਤਾ ਮੈਂ ਉਮੀਦ ਕਰਦਾ ਇਹ ਵੀ ਕੱਢ ਕੇ ਵੀਡੀਓ ਪਾਇਓ ਮੈਂ ਸ਼ੇਅਰ ਕਰੂੰਗਾ ਕੋਸ਼ਿਸ਼ ਕਰਿਓ ਵਜਾਉਣ ਦੀ ਮੈਂ ਵੀ ਕੋਸ਼ਿਸ਼ ਕੀਤੀ ਹੈ ਗਲਤੀਆਂ ਮਾਫ਼ ਕਰਿਓ ਤੁਸੀਂ ਇੱਕ ਵੀਡੀਓ ਨੂੰ ਮੇਰੀ ਨੂੰ ਬਹੁਤ ਪਿਆਰ ਕੀਤਾ ਸੀ ਜਿਹਦੇ ਵਿੱਚ ਤੁਹਾਨੂੰ ਫਤਿਹ ਮਿਲਾਇਆ ਸੀਗਾ ਫਤਿਹ ਨੂੰ ਸਾਨੂੰ ਸੁਣਾਉਂਦੇ ਹਾਂ ਦੁਬਾਰਾ ਫਤਿਹ ਇੱਧਰ ਇੱਧਰ ਆਓ ਤੋ ਇੱਧਰ ਪਿੱਛੇ ਆ ਜਾ ਪਿੱਛੇ ਆ ਜਾ ਪਿੱਛੇ ਪਿੱਛੇ ਆ ਜਾ ਇਹ ਇੱਥੇ ਕੀ ਸੁਣਾਏਗਾ ਕੁਛ ਵੀ ਸੁਣਾ ਬਸ ਦਾ ਕੁਛ ਵੀ ਹੋਰ ਕੀ ਸੁਣਾਏਗਾ ਫਤਿਹ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੁਣਨ ਲੱਗੇ ਬਹੁਤ ਪਿਆਰ ਦਿੱਤਾ ਤੇ ਮੈਂ ਮੇਰੀ ਆਪਣੀ ਰੂਹ ਦੀ ਖੁਸ਼ੀ ਆ ਵੀ ਅਸੀਂ ਦੋਨੇ ਭਰਾ ਕਿਸੇ ਦੇ ਵੀ ਕਿਸੇ ਦੇ ਕੰਮ ਆਉਣਾ ਤਾਂ ਮੇਰੇ ਲਈ ਬਹੁਤ ਵੱਡੀ ਖੁਸ਼ਕਿਸਮਤੀ ਆ ਹੁਣ ਤਾਂ ਹੁਣ ਕਰਤਾ ਦੂਜਾ दुनिया भर की दौलत की कदमा विच बिखर गई सानू छड़ के दस की तेरी लौटो निकल गई कौड़ी मुल ना पाया कह के पासे कर गई है तस्वीर बना के भेजी जो हिरिया विच जड़ गई है दस की चंगा दस की चंगा एक ही में मनहूस हो रहा है दस सानू छड़ के किदा दा महसूस हो रहा है दस सानू छड़ के ओ सानू छड़ के ਇਹਨੂੰ ਪਿਆਰ ਦਿਓ ਜੀ ਮੁੰਡੇ ਨੂੰ ਫਤਿਹ ਨੂੰ ਕੀ ਕਹਿੰਦੇ ਇਹਦੇ ਬੜੇ ਨਾਮ ਰੱਖੇ ਗਏ ਸੀ ਵੀਤ ਬਾਈ ਨੇ ਇਹਨੂੰ ਬਹੁਤ ਪਿਆਰ ਦਿੱਤਾ ਵੀਤ ਬਾਈ ਨੇ ਇਹਦੀ ਬਹੁਤ ਸਪੋਰਟ ਕੀਤੀ ਹੈ ਜੀ ਖਾਨ ਨੇ ਬਹੁਤ ਸਪੋਰਟ ਕੀਤੀ ਜੀ ਖਾਨ ਨੇ ਸਾਡੇ ਭਰਾ ਨੇ ਤੇ ਬੈਂਡਿਟ ਨੇ ਤੇ ਬੈਂਡਿਟ ਦਸਾਂਝ ਉਹ ਵੀ ਮੁੰਡੇ ਨੇ ਬਹੁਤ ਇਹਦੀ ਹੈਲਪ ਕੀਤੀ ਹੈ ਬਹੁਤ ਜਲਦੀ ਤੁਹਾਨੂੰ ਮੇਰੇ ਨਾਲ ਲਾਈਵ ਮਿਲੂਗਾ ਹਾਂ ਸਟੇਜਸ ਤੇ ਥੈਂਕ ਯੂ ਬਾਈ ਸਟੇਜਾਂ ਤੇ ਲਾਈਵ ਮਿਲਾਂਗੇ ਅਸੀਂ ਤੇ ਉੱਥੇ ਆ ਕੇ ਮਿਲਾਂਗੇ ਸਾਰੇ ਜਣੇ ਇੱਕ ਦਿਨ ਇਹ ਬਹੁਤ ਖਰਾ ਆਰਟਿਸਟ ਬਣੇਗਾ ਤੇ ਮਹਿੰਗਾ ਆਰਟਿਸਟ ਬਣੇਗਾ ਜਿਉਂਦਾ ਰਹੇ ਇਹਨੂੰ ਜਿੰਨੀ ਸਮਰਥ ਬਖਸ਼ੀ ਹੈ ਨਾ ਮਾਲਕ ਨੇ ਬਸ ਉਹ ਬਣੀ ਰਵੇ ਔਰ ਮਿਹਨਤ ਕਰਨ ਵਾਲਿਆਂ ਦੀ ਕਦੀ ਵੀ ਹਾਰ ਨਹੀਂ ਹੁੰਦੀ ਗਾਇਸ ਨੈਵਰ ਐਵਰ ਗਿਵ ਅਪ ਚਲੋ ਇਹ ਰੈਪ ਅਪ ਕਰਦੇ ਆਪਾਂ ਆਦਤ ਵੇ ਆਦਤ ਵੇ ਵੀ ਰੈਡੀ ਗਾਇਸ ਉਹ ਵੀ ਪਾਈ ਜਾਣੀ ਹੈ ਹਾਂਜੀ ਬਹੁਤ ਸਾਰੇ ਕਮੈਂਟਸ ਤੁਹਾਡੇ ਆ ਚੁੱਕੇ ਨੇ ਤੇ ਰਿਕੁਐਸਟਾਂ ਵੀ ਆਈਆਂ ਨੇ ਇੱਕ ਮਿੰਟ ਜਿਹੜਾ ਹਾਂਜੀ ਕੋ ਸਾਹਿਬ ਸਾਡੇ ਨਗੁਲ ਭਾਜੀ ਭਾਜੀ ਕਿਵੇਂ ਹੋ ਉਮੀਦ ਕਰਦਾ ਤੇ ਆਸ ਕਰਦਾ ਵੀ ਸਾਰੇ ਜਾਣੇ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਆਪਣੇ ਨਾਲ ਰਹੋ ਗਾਣਾ ਡੇਟ ਦੇ ਨਾਲ ਤੁਹਾਨੂੰ ਦੱਸਦਾ ਤੇ ਮੈਂ ਉਮੀਦ ਕਰੂੰਗਾ ਔਰ ਉਡੀਕ ਕਰੂੰਗਾ ਲਵ ਯੂ ਗਾਇਜ਼ ਥੈਂਕ ਯੂ ਸੋ ਮਚ ਚਾਹੁੰਦੇ ਵਾਸਤੇ ਰਹੋ